ਔਰ ਮੁਸਲਮਾਨ ਸਾਨੂੰ ਪਾਕਿਸਤਾਨ ਗਿਆ ਨੂੰ ਇਹ ਕਹਿੰਦੇ ਆ ਜੇ ਹੈ ਹੀ ਕਰਤੂਤਾਂ ਕਰਨੀਆਂ ਸੀ ਨਨਕਾਣਾ ਕਿਉਂ ਗਵਾਇਆ ਜੇ ਤੁਹਾਡੇ ਬਜ਼ੁਰਗ ਦਾੜੀਆਂ ਦੀ ਖਾਤਰ ਪੱਗਾਂ ਦੀ ਖਾਤਰ ਨਨਕਾਣਾ ਸਾਹਿਬ ਛੱਡ ਕੇ ਵੀ ਉਦੋਂ ਤੁਰਦੇ ਬਣੇ ਪਏ ਅਸੀਂ ਨਨਕਾਣਾ ਬਾਅਦ 'ਚ ਆਜ਼ਾਦ ਕਰਾ ਲਵਾਂਗੇ ਪਹਿਲਾਂ ਸਿੱਖੀ ਬਚਾ ਲਓ ਔਰ ਕਿੱਥੇ ਜੰਗਲਾਂ 'ਚ ਕਿੱਥੇ ਕਿੱਥੇ ਘੋੜਿਆਂ ਦੀਆਂ ਕਾਠੀਆਂ 'ਤੇ ਸਿੱਖੀ ਜਿਉਂਦਾ ਰੱਖੀ ਅੱਜ ਤੁਸੀਂ ਉਹ ਕਿੱਧਰ ਤੁਰ ਪਾਏ ਜਥੇਦਾਰਾਂ ਦੇ ਘਰ ਅਮਲੀ ਜੰਮੇ ਹੋਏ ਆ ਕਿੰਨੀ ਮਾੜੀ ਗੱਲ ਹੈ ਉਹਨਾਂ ਬਜ਼ੁਰਗਾਂ ਲਈ ਉਸ ਵਕਤ ਤੋਂ ਮਰ ਜਾਂਦੇ ਨੇ ਇੱਕ ਲਾਸ਼ਾਂ ਬਣ ਕੇ ਤੁਰੇ ਫਿਰਦੇ ਬਾਕੀਆਂ ਨੂੰ ਛੱਡ ਯਾਰ ਮੈਂ ਆਪਣੇ ਬਾਪੂ ਦੀ ਖੁਸ਼ੀ ਲਈ ਕੇਸਾਂ ਦੀ ਸੰਭਾਲ ਕਰਨੀ ਨਸ਼ਿਆਂ ਤੋਂ ਬਚਣਾ ਹੈ ਮਾੜੀਆਂ ਲਾਮਤਾਂ ਤੋਂ ਬਚਣਾ ਹੈ ਤਾਂ ਕਿ ਇਹਨਾਂ ਬਜ਼ੁਰਗਾਂ ਨੂੰ ਤੁਸੀਂ ਖੁਸ਼ ਰੱਖ ਸਕੋ ਸਤਾਵਾ ਤਾਂ ਹੋਊ ਪਰ ਬਾਪੂ ਨਹੀਂ ਹੋਊ ਇਸ ਲਈ ਅੱਜ ਵੀਰੇ ਬਾਪੂ ਤੇਰੇ ਕੋਲ ਆ ਅਕਲ ਰੱਬ ਨੇ ਦਿੱਤੀ ਆ ਇਹ ਤੁਹਾਡੇ ਨਾਲ ਹੀ ਮੈਂ ਨਾ ਨੈੱਟ ਤੁਹਾਡੇ ਤੁਹਾਡੇ ਵਾਲੀ ਜਿਹੜੀ ਆ ਮਤ ਹਰ ਵਕਤ ਦਿੰਦਾ ਹਰ ਵਕਤ ਵਾਹਿਗੁਰੂ ਕੋਲੇ ਖੜਾ ਕੋਈ ਮੈਂ ਕੋਈ ਚੁਗਲੀ ਤਾਂ ਨਹੀਂ ਕਰਨਾ ਮੈਂ ਕੋਈ ਗਲਤੀ ਨਾ ਤੇਰਾ ਆਪ ਆ ਮੁੰਡਾ ਮਗਰ ਖੜਾ ਭਤੀਜਾ ਮੇਰਾ ਇਹਨਾਂ ਨੂੰ ਪੁੱਛ ਕੇ ਵਿੱਚ ਦੇਖੋ ਵੀ ਬਣਾ ਕੀ ਬਣਿਆ ਸੀਗਾ ਅੱਜ ਤੋਂ ਦੋ ਦੋ ਤਿੰਨ ਮਹੀਨੇ ਪਹਿਲਾਂ ਬਹੁਤ ਵਧੀਆ ਸੀ ਕੀ ਚੀਜ਼ ਬਣਾਤੀ ਸੀ ਹਰੇ ਵੇਖ ਕੇ ਹਰੇਕ ਅਗਲਾ ਮੈਨੂੰ ਵਧਾਈਆਂ ਦਿੰਦੇ ਸੀ ਲੋਕ ਅਤੇ ਮੈਂ ਇਹਨੂੰ ਕਹਿੰਦਾ ਮੇਰਾ ਬਲੱਡ ਬੜਾ ਵੱਧਦਾ ਹੁੰਦਾ ਸੀ ਮੈਂ ਇਹਨੂੰ ਫਿਰ ਨੇ ਤੱਕਣਾ ਮੇਰਾ ਹੁਣ ਵੇਲਾ ਮੈਂ ਹੋਰ ਆਦਮੀਆਂ ਕੋਲੇ ਵੀ ਗੱਲਾਂ ਕਰਦਾ ਰਿਹਾ ਕਿਹਨਾਂ ਕੋਲੇ ਵੀ ਮੇਰਾ ਬਲੱਡ ਹੁਣ ਵਧੀਆ ਹੋਇਆ ਵੇ ਅੱਗੇ ਨਾ ਮੈਨੂੰ ਕੋਈ ਦੁਆ ਖਾਣ ਦੀ ਲੋੜ ਨਹੀਂ ਪਈ ਤੇ ਉਸੇ ਟਿਕਾਣੇ ਤੇ ਇਹਨੇ ਮੈਨੂੰ ਫੇਰ ਲਿਆ ਉਸੇ ਟਿਕਾਣੇ ਤੇ ਮੈਨੂੰ ਨਹੀਂ ਮੈਂ ਰੋਂਦੇ ਦੁਨੀਆ ਤੋਂ ਘੱਲਣਾ ਕਿ ਖੁਸ਼ ਘੱਲਣਾ ਨਹੀਂ ਬਚਨ ਕਰ ਆਉਣ ਇਹਦੇ ਮਗਰ ਹੀ ਮੈਂ ਹੁਣ ਆਇਆ ਤੁਹਾਨੂੰ ਅਸਲੀ ਗੱਲ ਦੱਸ ਦੇਣਾ ਇਹ ਗਲਤੀ ਨਾ ਕਰੀ ਵੀਰੇ ਕਿਸੇ ਮਗਰ ਹੀ ਹੁਣ ਆਇਆ ਮੈਂ ਫੇਰ ਮੈਂ ਮੈਨੂੰ ਕੀ ਮੈਂ ਇਹ ਮੋਟਰਸਾਈਕਲ ਤੇ ਆ ਮੈਂ ਮਗਰ ਵਾਹਿਗੁਰੂ ਕਿਰਪਾ ਕਰੇ ਕਿ ਇਹਨਾਂ ਬਜ਼ੁਰਗਾਂ ਦੀ ਖੁਸ਼ੀ ਲਈ ਤੂੰ ਬਾਕੀਆਂ ਨੂੰ ਛੱਡ ਯਾਰ ਮੈਂ ਆਪਣੇ ਬਾਪੂ ਦੀ ਖੁਸ਼ੀ ਲਈ ਕੇਸਾਂ ਦੀ ਸੰਭਾਲ ਕਰਨੀ ਨਸ਼ਿਆਂ ਤੋਂ ਬਚਣਾ ਹੈ ਮਾੜੀਆਂ ਲਾਮਤਾਂ ਤੋਂ ਬਚਣਾ ਹੈ ਤਾਂ ਕਿ ਇਹਨਾਂ ਬਜ਼ੁਰਗਾਂ ਨੂੰ ਤੁਸੀਂ ਖੁਸ਼ ਰੱਖ ਸਕੋ ਇਹੀ ਸਾਡਾ ਸਾਰਾ ਕੁਛ ਨੇ ਜੀ ਤੁਹਾਡੇ ਚਾਰ ਬੰਦੇ ਕਹਿਣ ਵੀ ਬਾਪੂ ਤੂੰ ਗੁਰੂ ਸਾਹਿਬ ਦਾ ਅੰਮ੍ਰਿਤ ਲਿਆ ਹੋਇਆ ਪਾਨ ਪੌਲ ਅਤੇ ਨਿਆਣੇ ਤੇਰੇ ਕਿੱਧਰ ਨੂੰ ਜਥੇਦਾਰਾਂ ਦੇ ਘਰ ਅਮਲੀ ਜੰਮੇ ਹੋਏ ਆ ਕਿੰਨੀ ਮਾੜੀ ਗੱਲ ਹੈ ਉਹਨਾਂ ਬਜ਼ੁਰਗਾਂ ਲਈ ਉਸ ਵਕਤ ਤੋਂ ਮਰ ਜਾਂਦੇ ਨੇ ਇੱਕ ਲਾਸ਼ਾਂ ਬਣ ਕੇ ਤੁਰੇ ਫਿਰਦੇ ਇਸ ਲਈ ਆਪਣੇ ਬਜ਼ੁਰਗਾਂ ਨੂੰ ਲਾਸ਼ ਨਾ ਬਣਾਓ ਮੇਰੀ ਬੇਨਤੀ ਹੈ ਤੁਹਾਨੂੰ ਨੌਜਵਾਨਾਂ ਆਪਣੇ ਘਰ ਪਰਤਾਓ ਆ ਮੁਸਲਮਾਨਾਂ ਵਾਲੀਆਂ ਆਪਾਂ ਸ਼ਕਲਾਂ ਬਣਾਈਆਂ ਅਜੇ ਉਹ ਵੀ ਕਿਤੇ ਨਾ ਕਿਤੇ ਆਪਣੇ ਧਰਮ 'ਚ ਪੱਕੇ ਹੋਣਗੇ ਔਰ ਮੁਸਲਮਾਨ ਸਾਨੂੰ ਪਾਕਿਸਤਾਨ ਗਿਆ ਨੂੰ ਇਹ ਕਹਿੰਦੇ ਆ ਜੇ ਹੈ ਹੀ ਕਰਤੂਤਾਂ ਕਰਨੀਆਂ ਸੀ ਨਨਕਾਣਾ ਕਿਉਂ ਗਵਾਇਆ ਜੇ ਤੁਹਾਡੇ ਬਜ਼ੁਰਗ ਦਾੜੀਆਂ ਦੀ ਖਾਤਰ ਪੱਗਾਂ ਦੀ ਖਾਤਰ ਨਨਕਾਣਾ ਸਾਹਿਬ ਛੱਡ ਕੇ ਵੀ ਉਦੋਂ ਤੁਰਦੇ ਬਣੇ ਪਏ ਅਸੀਂ ਨਨਕਾਣਾ ਬਾਅਦ 'ਚ ਆਜ਼ਾਦ ਕਰਾ ਲਵਾਂਗੇ ਪਹਿਲਾਂ ਸਿੱਖੀ ਬਚਾ ਲਓ ਔਰ ਕਿੱਥੇ ਜੰਗਲਾਂ 'ਚ ਕਿੱਥੇ ਕਿੱਥੇ ਘੋੜਿਆਂ ਦੀਆਂ ਕਾਠੀਆਂ 'ਤੇ ਸਿੱਖੀ ਜਿਉਂਦਾ ਰੱਖੀ ਅੱਜ ਤੁਸੀਂ ਉਹ ਕਿੱਧਰ ਤੁਰ ਪਾਏ ਕੰਨਾਂ 'ਚੋਂ ਟੂਟੀਆਂ ਜਿਹੀਆਂ ਲਾਈ ਫਿਰਦੇ ਨੇ ਉਹ ਜੋ ਲੱਚਰ ਕਲਾਕਾਰ ਆ ਉਹ ਤੁਹਾਡੇ ਮੋਬਾਈਲਾਂ 'ਚ ਆ ਉਹਨਾਂ ਨੂੰ ਤੁਸੀਂ ਸੁਣਦੇ ਹੋ ਉਹੀ ਕੁਛ ਉਹ ਤੁਹਾਨੂੰ ਬਣਾ ਰਹੇ ਅਤੇ ਵੀਰੇ ਮੁੜ ਕੇ ਅੱਜ ਮੇਰੀ ਗੱਲ ਚੇਤੇ ਰੱਖੀ ਜਿੱਦਣ ਤੇਰੇ ਨਿਆਣੇ ਤੇਰੇ ਤੋਂ ਬਾਗੀ ਹੋਏ ਬਾਪੂ ਚੇਤੇ ਆਊ ਉਦਣ ਬਾਪੂ ਦੁਨੀਆ 'ਤੇ ਨਹੀਂ ਹੋਊ ਤੇਰੇ ਕੋਲ ਪਛਤਾਵਾ ਹੋਊ ਇਸ ਲਈ ਮੈਂ ਨਹੀਂ ਚਾਹੁੰਦਾ ਤੈਨੂੰ ਜ਼ਿੰਦਗੀ 'ਚ ਪਛਤਾਵਾ ਮਿਲੇ ਜਿਉਂਦੇ ਜੀ ਆਪਣੇ ਬਾਪੂ ਦੀ ਗੱਲ ਮੰਨ ਸਿੰਘ ਸੱਜ ਤਾਂ ਕਿ ਤੇਰੇ ਨਿਆਣੇ ਵੀ ਤੈਨੂੰ ਬਾਪੂ ਨੂੰ ਰੱਬ ਜਾਣ ਕੇ ਪੂਜਦੇ ਰਹਿਣ ਅਤੇ ਫਿਰ ਉਹ ਵੱਡਿਆਂ ਦੀ ਆਤਮਾ ਨੂੰ ਵੀ ਸੁੱਖ ਮਿਲਦਾ ਅਤੇ ਸਾਨੂੰ ਵੀ ਸੁੱਖ ਮਿਲਦਾ ਠੀਕ ਹੈ ਨਾ